ਕੈਲਗਰੀ ਦੇ ਵਿੱਚ ਹੋਈ ਗੜੇਮਾਰੀ ਹਵਾਈ ਕਿਰਾਇਆਂ ਵਿੱਚ ਵਾਧੇ ਦਾ ਕਾਰਨ ਬਣ ਸਕਦੀ ਹੈ। ਜੀ ਹਾਂ, ਗੜੇਮਾਰੀ ਦੌਰਾਨ ਵੈਸਟ ਜੈੱਟ ਅਤੇ ਫਲੇਅਰ ਏਅਰਲਾਈਨਸ ਦੇ ਜਹਾਜ਼ ਨੁਕਸਾਨੇ ਗਏ ਅਤੇ ਸੈਂਕੜੇ ਫਲਾਈਟਸ ਰੱਦ ਹੋਣ ਕਾਰਨ ਹਜ਼ਾਰਾਂ ਮੁਸਾਫਰਾਂ ਨੂੰ ਖੱਜਲ ਖੁਆਰ ਹੋਣਾ ਪਿਆ। ਏਅਰਲਾਈਨਸ ਵੱਲੋਂ ਆਪਣੇ ਨੁਕਸਾਨ ਦੀ ਭਰਪਾਈ ਵਾਸਤੇ ਹਵਾਈ ਕਿਰਾਇਆਂ ਵਿੱਚ ਵਾਧੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਵੈਸਟ ਜੈੱਟ ਅਤੇ ਫਲੇਅਰ ਏਅਰਲਾਈਨਸ ਦੇ ਕੁੱਲ ਹਵਾਈ ਜਹਾਜ਼ਾਂ ਵਿੱਚੋਂ 10% ਨੂੰ ਸੇਵਾਵਾਂ ਵਿੱਚੋਂ ਬਾਹਰ ਕਰ ਦਿੱਤਾ ਗਿਆ, ਜਿਨ੍ਹਾਂ ਦੀ ਮੁਰੰਮਤ ਚੱਲ ਰਹੀ ਹੈ ਜਾਂ ਸੰਭਾਵਿਤ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਵੈਸਟ ਜੈੱਟ ਨੇ ਇੱਕ ਬਿਆਨ ਜਾਰੀ ਕਰਦੇ ਦੱਸਿਆ ਕਿ ਸੋਮਵਾਰ ਤੋਂ ਬੁੱਧਵਾਰ ਤੱਕ 248 ਫਲਾਈਟਸ ਰੱਦ ਹੋਈਆਂ ਨੇ ਅਤੇ ਕਈਆਂ ਦੇ ਰੂਟਾਂ ਵਿੱਚ ਤਬਦੀਲੀ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਵੀਰਵਾਰ ਅਤੇ ਸ਼ੁੱਕਰਵਾਰ ਨੂੰ 106 ਫਲਾਈਟਸ ਹੋਰ ਰੱਦ ਹੋਈਆਂ, ਜਦਕਿ ਫਲੇਅਰ ਏਅਰਲਾਈਨਸ ਨੂੰ ਵੀ ਆਪਣੀਆਂ ਫਲਾਈਟਾਂ ਦੀ ਗਿਣਤੀ ਸੀਮਤ ਕਰਨੀ ਪਈ। ਹਵਾਈ ਮੁਸਾਫਰਾਂ ਦੀ ਮੰਗ ਵਿੱਚ ਕੋਈ ਕਮੀ ਨਹੀਂ ਆਈ ਅਤੇ ਹੋਰਨਾਂ ਏਅਰਲਾਈਨਸ ਵੱਲੋਂ ਹੌਲੀ ਹੌਲੀ ਕਿਰਾਏ ਉੱਪਰ ਵੱਲ ਲਿਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਆਫ ਮੈਨੀਟੋਬਾ ਦੇ ਟਰਾਂਸਪੋਰਟ ਇੰਸਟੀਚਿਊਟ ਦੇ ਮੁਖੀ ਬੈਰੀ ਪ੍ਰਿੰਟਿਸ ਦਾ ਕਹਿਣਾ ਸੀ ਕਿ ਇਕਦਮ ਫਲਾਈਟਸ ਦੀ ਗਿਣਤੀ ਘਟਣ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਟਿਕਟਾਂ ਦੇ ਭਾਅ ਉੱਪਰ ਵੱਲ ਜਾ ਸਕਦੇ ਨੇ। ਕੈਨੇਡਾ ਦੀ ਦੂਸਰੀ ਸਭ ਤੋਂ ਵੱਡੀ ਏਅਰਲਾਈਨਸ ਦੇ 10% ਜਹਾਜ਼ ਸੇਵਾ ਵਿੱਚ ਨਾ ਹੋਣ ਦਾ ਅਸਰ ਲਾਜ਼ਮੀ ਤੌਰ 'ਤੇ ਪਵੇਗਾ। ਇਸ ਤੋਂ ਇਲਾਵਾ ਖਰਾਬ ਮੌਸਮ ਕਾਰਨ ਵਧਣ ਵਾਲੇ ਖਰਚਿਆਂ ਨੂੰ ਵੇਖਦਿਆਂ ਏਅਰਲਾਈਨ ਸਾਰਾ ਬੋਝ ਆਪਣੇ ਉੱਪਰ ਨਹੀਂ ਲੈਣਗੀਆਂ ਅਤੇ ਮੁਸਾਫਰਾਂ ਨੂੰ ਵੀ ਜੇਬ ਢਿੱਲੀ ਕਰਨੀ ਹੋਵੇਗੀ। ਦੱਸ ਦਈਏ ਕਿ ਵੈਸਟ ਜੈੱਟ ਆਪਣੇ 22 ਜਹਾਜ਼ਾਂ ਵਿੱਚੋਂ ਸਿਰਫ 4 ਨੂੰ ਹੈਂਗਰ ਵਿੱਚ ਲਿਜਾ ਸਕੀ, ਜਦਕਿ 16 ਜਹਾਜ਼ਾਂ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਗੜੇਮਾਰੀ ਦੇ ਮੱਦੇਨਜ਼ਰ 9 ਜਹਾਜ਼ਾਂ ਦਾ ਰੂਟ ਬਦਲਣਾ ਪਿਆ। ਉਧਰ ਫਲੇਅਰ ਏਅਰਲਾਈਨਸ ਦੇ ਮੁੱਖ ਕਾਰਜਕਾਰੀ ਅਫਸਰ ਨੇ ਦੱਸਿਆ ਕਿ ਉਹਨਾਂ ਦੇ 20 ਜਹਾਜ਼ ਸੇਵਾ ਤੋਂ ਬਾਹਰ ਨੇ ਅਤੇ ਮੁੜ ਸੇਵਾ ਵਿੱਚ ਆਉਣ ਵਾਸਤੇ ਕੁਝ ਹਫ਼ਤੇ ਦਾ ਸਮਾਂ ਲੱਗੇਗਾ। ਦੱਸ ਦਈਏ ਕਿ ਗੋਲਫ ਬਾਲ ਦੇ ਆਕਾਰ ਵਾਲੇ ਗੜੇ ਵੱਜਣ ਕਾਰਨ ਕਈ ਜਹਾਜ਼ਾਂ ਦੇ ਵਿੱਚ ਚਿਬ ਪੈ ਗਏ। ਯੂਕੇ ਵਿੱਚ ਚੱਲ ਰਹੇ ਦੰਗਿਆਂ ਦਰਮਿਆਨ ਕੈਨੇਡਾ ਦੇ BC ਵਿੱਚ ਇੱਕ ਮੁਸਲਮਾਨ ਔਰਤ ਦੇ ਮੂੰਹ 'ਤੇ ਥੁੱਕਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ। ਨਿਊ ਵੈਸਟ ਮਿਨਿਸਟਰ ਦੇ ਇੱਕ ਰੈਸਟੋਰੈਂਟ ਵਿੱਚ ਵਾਪਰੀ ਘਟਨਾ ਨੂੰ ਨਫ਼ਰਤੀ ਅਪਰਾਧ ਮੰਨਿਆ ਜਾ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮਾਮਲਾ ਬੀਤੇ ਐਤਵਾਰ ਨੂੰ ਸਵੇਰ ਤਕਰੀਬਨ 10 ਵਜੇ ਇੱਕ ਰੈਸਟੋਰੈਂਟ ਵਿੱਚ ਸਾਹਮਣੇ ਆਇਆ ਜਦੋਂ ਪੁਲਿਸ ਅਫਸਰ 5th Avenue ਨੇੜੇ 6th Street ਵਿੱਚ ਪੁੱਜੇ। ਮੌਕੇ 'ਤੇ ਪੁੱਜੇ ਅਫਸਰਾਂ ਨੂੰ ਦੱਸਿਆ ਗਿਆ ਕਿ ਇੱਕ ਔਰਤ ਨੇ ਰੈਸਟੋਰੈਂਟ ਦੀ ਮੁਲਾਜ਼ਮ ਉੱਤੇ ਕਥਿਤ ਤੌਰ 'ਤੇ ਥੁੱਕਿਆ। ਮੁੱਢਲੀ ਪੜਤਾਲ ਮਗਰੋਂ ਮਾਮਲਾ ਨਫ਼ਰਤੀ ਅਪਰਾਧ ਵਾਲਾ ਮਹਿਸੂਸ ਹੋਇਆ ਕਿਉਂਕਿ ਰੈਸਟੋਰੈਂਟ ਦੀ ਮਹਿਲਾ ਮੁਲਾਜ਼ਮ ਨੇ ਹਿਜਾਬ ਪਹਿਨਿਆ ਹੋਇਆ ਸੀ। ਉਧਰ ਮੁਸਲਮਾਨ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਘਟਨਾ ਬਾਰੇ ਪਤਾ ਲੱਗਣ ਮਗਰੋਂ ਮਨ ਬੇਹੱਦ ਉਦਾਸ ਹੈ। ਨਿਡਨ ਇਸਲਾਮਿਕ ਸੁਸਾਇਟੀ ਦੇ ਡਾਇਰੈਕਟਰ ਸੋਰਾਬ ਅਲੀ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਇਸਲਾਮਾਫੋਬੀਆ ਵੱਧਦਾ ਜਾ ਰਿਹਾ ਹੈ ਅਤੇ ਨਿਊ ਵੈਸਟ ਮਿਨਿਸਟਰ ਦੇ ਰੈਸਟੋਰੈਂਟ ਵਿੱਚ ਵਾਪਰੀ ਘਟਨਾ ਜਿਉਂਦਾ ਜਾਗਦਾ ਸਬੂਤ ਹੈ। ਨਫ਼ਰਤੀ ਹਮਲੇ ਨੂੰ ਕਥਿਤ ਤੌਰ 'ਤੇ ਅੰਜਾਮ ਦੇਣ ਵਾਲੀ ਔਰਤ ਦੀ ਉਮਰ ਤਕਰੀਬਨ 55 ਸਾਲ ਦੱਸੀ ਜਾ ਰਹੀ ਹੈ, ਜਿਸ ਨੇ ਘਟਨਾ ਵਾਲੇ ਦਿਨ ਬਲੈਕ ਐਂਡ ਵਾਈਟ ਟੌਪ ਪਾਇਆ ਸੀ। ਨਿਊ ਵੈਸਟ ਮਿਨਿਸਟਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਸ ਮੁਤਲਕ ਪੁਲਿਸ ਨੂੰ ਇਤਲਾਹ ਕੀਤੀ ਜਾਵੇ। ਦੰਦਾਂ ਦੇ ਸਸਤੇ ਇਲਾਜ ਦਾ ਘੇਰਾ ਵੱਧਦਾ ਜਾ ਰਿਹਾ ਹੈ ਅਤੇ 70% ਤੋਂ ਬਾਅਦ ਡਾਕਟਰ ਕੈਨੇਡੀਅਨ ਡੈਂਟਲ ਕੇਅਰ ਪਲਾਨ ਅਧੀਨ ਮਰੀਜ਼ਾਂ ਦਾ ਪ੍ਰਵਾਨ ਕਰ ਰਹੇ ਨੇ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 16,612 ਦੰਦਾਂ ਦੇ ਡਾਕਟਰ, 1746 ਦੰਦ ਸਾਜ ਅਤੇ 857 ਡੈਂਟਲ ਹਾਈਜੀਨਿਸਟ ਸਰਕਾਰੀ ਬੀਮੇ ਅਧੀਨ ਆ ਚੁੱਕੇ ਨੇ, ਜਦਕਿ 1 ਮਹੀਨਾ ਪਹਿਲਾਂ ਤੱਕ ਇਹਨਾਂ ਦੀ ਗਿਣਤੀ ਬਹੁਤ ਘੱਟ ਨਜ਼ਰ ਆ ਰਹੀ ਸੀ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ 8 ਜੁਲਾਈ ਦੇ ਨਿਯਮਾਂ ਵਿੱਚ ਤਬਦੀਲੀ ਕੀਤੇ ਜਾਣ ਮਗਰੋਂ ਡਾਕਟਰਾਂ ਦਾ ਰੁਝਾਨ ਵੀ ਬਦਲ ਗਿਆ। ਦੰਦਾਂ ਦੇ ਡਾਕਟਰ ਕੈਨੇਡੀਅਨ ਡੈਂਟਲ ਕੇਅਰ ਪਲਾਨ ਵਿੱਚ ਰਜਿਸਟ੍ਰੇਸ਼ਨ ਕੀਤੇ ਬਗੈਰ ਇਲਾਜ ਦੇ ਖਰਚੇ ਦਾ ਦਾਅਵਾ ਕਰ ਸਕਦੇ ਨੇ। ਓਟਵਾ ਦੇ ਇੱਕ ਡੈਂਟਲ ਕਲੀਨਿਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਡੈਂਟਲ ਕੇਅਰ ਪਲਾਨ ਦੇ ਰਾਹ ਵਿੱਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕੀਤੇ ਜਾ ਰਹੇ ਨੇ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਡਾਕਟਰ ਜਾਂ ਹਾਈਜੀਨਿਸਟ ਦੇ ਮਨ ਵਿੱਚ ਉੱਠਣ ਵਾਲੇ ਹਰ ਸਵਾਲ ਦਾ ਜਵਾਬ ਦਿੱਤਾ ਜਾ ਸਕੇ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਡੈਂਟਲ ਕੇਅਰ ਪਲਾਨ ਆਰੰਭੇ ਜਾਣ ਮੌਕੇ ਦੰਦਾਂ ਦੇ ਡਾਕਟਰਾਂ ਜ਼ਿਆਦਾ ਦਿਲਚਸਪੀ ਨਹੀਂ ਕੀਤੀ ਕਿਉਂਕਿ ਕਾਗਜ਼ੀ ਕਾਰਵਾਈ ਨੂੰ ਲੈ ਕੇ ਚਿੰਤਾਵਾਂ ਜ਼ਾਹਿਰ ਕੀਤੀਆਂ ਜਾ ਰਹੀਆਂ ਨੇ। ਕੈਨੇਡੀਅਨ ਡੈਂਟਲ ਕੇਅਰ ਐਸੋਸੀਏਸ਼ਨ ਮੁਤਾਬਕ ਨਵੀਂ ਯੋਜਨਾ ਸ਼ੁਰੂ ਹੋਣ ਦੇ ਪਹਿਲੇ 3 ਮਹੀਨੇ ਦੌਰਾਨ 450,000 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਕੈਨੇਡਾ ਡੈਂਟਲ ਕੇਅਰ ਪਲਾਨ ਨੂੰ ਮੁਲਕ ਅਤੇ ਯੂਨੀਵਰਸਲ ਹੈਲਥ ਕੇਅਰ ਦਾ ਇੱਕ ਵੱਡਾ ਵਿਸਥਾਰ ਦੱਸਦਾ ਹੈ।
ਅਤੇ ਆਉਣ ਵਾਲੇ 5 ਸਾਲ ਦੌਰਾਨ ਘੱਟੋ ਘੱਟ ਅਤੇ ਦਰਮਿਆਨੇ ਦਰਮਦਨ ਵਾਲੇ ਉਹਨਾਂ ਕੈਨੇਡੀਅਨਸ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਕੋਲ ਪ੍ਰਾਈਵੇਟ ਡੈਂਟਲ ਇੰਸ਼ੋਰੈਂਸ ਪਲੈਨ ਮੌਜੂਦ ਨੇ। ਇਸ ਵੇਲੇ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 2025 ਤੋਂ ਹਰ ਉਮਰ ਵਰਗ ਦੇ ਲੋਕ ਇਸ ਅਰਜ਼ੀਆਂ ਦਾਖਲ ਕਰ ਸਕਣਗੇ। ਦੂਸਰੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਸਰਕਾਰ ਦੇ ਡੈਂਟਲ ਕੇਅਰ ਯੋਜਨਾ ਨੂੰ ਨਿਕੰਮੀ ਕਰਾਰ ਦਿੱਤਾ ਹੈ। ਸਿਹਤ ਮਾਮਲਿਆਂ ਬਾਰੇ ਆਲੋਚਕ ਸਟੀਫਲ ਐਲਿਸ ਨੇ ਕਿਹਾ ਕਿ ਵਧੇਰੇ ਕੈਨੇਡੀਅਨ ਇਸ ਯੋਜਨਾ ਦੇ ਘੇਰੇ ਵਿੱਚ ਹੀ ਨਹੀਂ ਆਉਂਦੇ, ਜਿਹੜੇ ਆਉਂਦੇ ਨੇ ਤਾਂ ਉਹਨਾਂ ਨੂੰ ਕੁਝ ਖਰਚਾ ਆਪਣੀ ਜੇਬ ਵਿੱਚੋਂ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਤਬਾਕੂ ਡੈਂਟਲ ਕੇਅਰ ਪਲਾਨ ਸਿਰਫ ਸਮੱਸਿਆਵਾਂ ਅਤੇ ਲਾਲ ਫੀਤਾਸ਼ਾਹੀ ਦਾ ਸਬੱਬ ਬਣੇਗਾ, ਜਦਕਿ ਲਿਬਰਲ ਸਰਕਾਰ ਆਪਣੀ ਪੇਟ ਥਾਪੜਨ ਦਾ ਕੋਈ ਮੌਕਾ ਖੁੰਝਾਉਣਾ ਨਹੀਂ ਚਾਹੁੰਦੀ। ਟੋਰੀਆ ਵੱਲੋਂ ਕੀਤੀ ਜਾ ਨੁਕਤਾਚੀ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਅਮੀਰਾਂ ਦਾ ਪੱਖ ਪੂਰਨ ਵਾਲੀ ਪਾਰਟੀ ਨੂੰ ਆਮ ਲੋਕਾਂ ਦੇ ਸਹੂਲਤ ਬਰਦਾਸ਼ਤ ਨਹੀਂ ਹੋ ਰਹੀ। ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਹੋਏ ਕਤਲ ਦੀ ਪੜਤਾਲ ਕਰ ਰਹੀ ਪੁਲਿਸ ਨੇ 40 ਸਾਲ ਦੇ ਹੇਮਰਾਜ ਲੱਖਾ ਨੂੰ ਗ੍ਰਿਫਤਾਰ ਕਰਦਿਆਂ ਦੂਸਰੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਨੇ। ਪੁਲਿਸ ਨੇ ਦੱਸਿਆ ਕਿ ਕਤਲ ਦੀ ਵਾਰਦਾਤ 3 ਅਗਸਤ ਨੂੰ ਹੈਮਿਲਟਨ ਦੇ ਕੁਈਟ ਸਟੇਟ ਸਾਊਥ ਇਲਾਕੇ ਦੇ ਵਿੱਚ ਵਾਪਰੀ ਅਤੇ ਮਰਨ ਵਾਲੀ ਦੀ ਸ਼ਨਾਖਤ 46 ਸਾਲ ਦੇ ਡੇਵਿਡ ਫਿਊਗਲਰ ਵਜੋਂ ਕੀਤੀ ਗਈ ਹੈ। ਹੈਮਿਲਟਨ ਪੁਲਿਸ ਮੁਤਾਬਿਕ 3 ਅਗਸਤ ਨੂੰ ਰਾਤ ਤਕਰੀਬਨ 9:30 ਇੱਕ ਲੋਕਲ ਕੇਅਰ ਹੋਮ ਵਿੱਚ ਮੈਡੀਕਲ ਐਮਰਜੈਂਸੀ ਦੀ ਇਤਲਾਹ ਮਿਲੀ ਅਤੇ ਮੌਕੇ 'ਤੇ ਪੁੱਜੇ ਅਫਸਰਾਂ ਵੱਲੋਂ ਇੱਕ ਸ਼ਖਸ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ, ਜਿਸ ਨੂੰ ਹਸਪੀਟਲ ਲਿਜਾਇਆ ਗਿਆ, ਪਰ ਕੁਝ ਦੇਰ ਬਾਅਦ ਉਹ ਦਮ ਤੋੜ ਗਿਆ। ਪੋਸਟਮਾਰਟਮ ਤੋਂ ਬਾਅਦ ਮਾਮਲਾ ਕਤਲ ਦਾ ਰੂਪ ਅਖਤਿਆਰ ਕਰ ਗਿਆ ਅਤੇ ਡੇਵਿਡ ਫਿਊਗਲਰ ਦੇ ਰੂਮਮੇਟ ਹੇਮਰਾਜ ਲੱਖਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੈਮਿਲਟਨ ਪੁਲਿਸ ਦੇ ਸਰਜੈਂਟ ਸਾਰਾ ਬੈਕ ਨੇ ਦੱਸਿਆ ਕਿ ਕਤਲ ਦੌਰਾਨ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਮੰਨਿਆ ਜਾ ਰਿਹਾ ਕਿ ਕਿਸੇ ਗੱਲ 'ਤੇ ਦੋਹਾਂ ਜਣਿਆਂ 'ਚ ਝਗੜਾ ਹੋਇਆ ਸੀ, ਨੌਬਤ ਕਤਲ ਤੱਕ ਪੁੱਜ ਗਈ। ਇਸ ਮਾਮਲੇ ਵਿੱਚ ਕਿਸੇ ਹੋਰ ਸ਼ੱਕੇ ਦੀ ਭਾਲ ਨਹੀਂ ਕੀਤੀ ਜਾ ਰਹੀ ਅਤੇ ਸੰਭਾਵਿਤ ਤੌਰ 'ਤੇ ਮਾਨਸਿਕ ਸਿਹਤ ਦੀ ਇਸ ਕਤਲ ਵਿੱਚ ਵੱਡੀ ਭੂਮਿਕਾ ਰਹੀ ਹੈ। ਸਰਜਨ ਸਾਰਾ ਬੈਂਕ ਨੇ ਅੱਗੇ ਕਿਹਾ ਕਿ ਇੱਕ ਰਿਹਾਇਸ਼ ਵਿੱਚ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਜੂਝ ਰਹੇ 8 ਜਣੇ ਰਹਿ ਰਹੇ ਨੇ ਅਤੇ ਹੇਮਰਾਜ ਲੱਖਣ ਇੱਥੇ ਕਈ ਸਾਲ ਤੋਂ ਰਹਿ ਰਿਹਾ। ਹੇਮਰਾਜ ਉਦੋਂ ਪਹਿਲਾਂ ਇਹ ਪੁਲਿਸ ਕਾਰਵਾਈ ਹੋ ਚੁੱਕੀ ਹੈ। ਦੂਸਰੇ ਪਾਸੇ ਡੇਵਿਡ ਫਿਊਗਲਰ ਦੇ ਪਰਿਵਾਰ ਵੱਲੋਂ ਪ੍ਰਾਈਵੇਸੀ ਦਾ ਜ਼ਿਕਰ ਕਰਦਿਆਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾ ਕਰ ਦਿੱਤੀ ਗਈ ਹੈ। ਟੋਰਾਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜਿਸ਼ ਕਰਦਿਆਂ ਕਾਬੂ ਕੀਤੇ ਪਿਓ ਪੁੱਤ ਨੂੰ ਕੈਨੇਡਾ ਦਾਖਲ ਹੋਣ ਦੀ ਪਰਮਿਸ਼ਨ ਕਿਵੇਂ ਮਿਲੀ, ਇਸ ਗੱਲ ਦੀ ਘੋਖ ਫੈਡਰਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਲੋਕ ਸੁਰੱਖਿਆ ਮੰਤਰੀ ਡੋਮਿਨਿਕ ਲੀਬਲੈਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਨਾਲ ਤਾਲਮੇਲ ਅਧੀਨ ਸੁਰੱਖਿਆ ਜਾਂਚ ਪ੍ਰਕਿਰਿਆ ਦੀ ਅੰਦਰੂਨੀ ਸਮੀਖਿਆ ਸ਼ੁਰੂ ਹੋ ਚੁੱਕੀ ਹੈ। ਫੈਡਰਲ ਮੰਤਰੀ ਦਾ ਕਹਿਣਾ ਸੀ ਕਿ ਜਨਤਕ ਤੌਰ 'ਤੇ ਦੋਸ਼ ਲੱਗ ਰਹੇ ਸਨ ਅਤੇ ਜਾਣਨਾ ਦਿਲਚਸਪ ਹੋਵੇਗਾ ਕਿ ਸਾਰੀ ਜਾਣਕਾਰੀ ਕਦੋਂ ਸਾਹਮਣੇ ਆਈ ਅਤੇ ਕੀ ਇਹ ਜਾਣਕਾਰੀ ਫੈਸਲਾ ਲੈਣ ਵਾਪਲਿਆਂ ਕੋਲ ਪੁੱਜੀ ਸੀ। ਦੱਸਦੀ ਕੰਜ਼ਰਵੇਟਿਵ ਪਾਰਟੀ ਵੱਲੋਂ ਇਹ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਉਂਦਿਆਂ ਕੌਮੀ ਸੁਰੱਖਿਆ ਦੇ ਮਸਲੇ ਟਰੂਡੋ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾ ਰਿਹਾ। ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੇਅਰ ਨੇ ਇੱਕ ਦਿਨ ਪਹਿਲਾਂ ਮੰਗ ਕੀਤੀ ਸੀ ਕਿ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਬਾਰੇ ਕਮੇਟੀ ਤੋਂ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਉਹਨਾਂ ਇਲਜ਼ਾਮ ਲਗਾਇਆ ਸੀ ਕਿ ਇਸਲਾਮਿਕ ਸਟੇਟ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਇੱਕ ਪ੍ਰਵਾਸੀ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਬਿਲਕੁਲ ਚੁੱਪੀ ਤਾਰੀ ਹੋਈ ਹੈ ਕਿ ਅੱਤਵਾਦੀ ਜਥੇਬੰਦੀ ਨਾਲ ਸੰਬੰਧਾਂ ਵਾਲੇ ਦੋ ਜਣਿਆਂ ਨੂੰ ਆਖਰ ਕੈਨੇਡਾ ਵਿੱਚ ਦਾਖਲ ਕਿਵੇਂ ਕੀਤਾ ਗਿਆ। ਕੌਮੀ ਸੁਰੱਖਿਆ ਪ੍ਰਬੰਧਾਂ ਦੇ ਮੁੱਦੇ 'ਤੇ ਇਹ ਮਸਲਾ ਟਰੂਡੋ ਸਰਕਾਰ ਦੀ ਮੁਕੰਮਲ ਸਫਲਤਾ ਵੱਲ ਇਸ਼ਾਰਾ ਕਰਦਾ ਹੈ। ਦੱਸ ਦਈਏ ਕਿ ਟੋਰਾਂਟੋ ਵਿਖੇ ਵੱਡਾ ਹਮਲਾ ਕਰਨ ਸਾਜਿਸ਼ ਕਰ ਰਹੇ ਪਿਓ ਪੁੱਤ ਨੂੰ RCMP ਨੇ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਉਮਰ 62 ਸਾਲ ਦੇ ਅਹਿਮਦ ਫੁਆਦ ਮੁਸਤਫਾ ਲਿਦੀ ਅਤੇ 26 ਸਾਲ ਦੇ ਮੁਸਵਾਦ ਲਿਦੀ ਵਜੋਂ ਕੀਤੀ ਗਈ। ਦੋਹਾਂ ਵਿਰੁੱਧ ਇਸਲਾਮਿਕ ਸਟੇਟ ਦੀਆਂ ਰਾਜਤਾਂ 'ਤੇ ਕਤਲ ਕਰਨ ਦੀ ਸਾਜਿਸ਼ ਕਰਨ ਸਣੇ ਕੁੱਲ 9 ਦੋਸ਼ ਆਇਦ ਕੀਤੇ ਗਏ। ਚਾਰਜਸ਼ੀਟ ਕਹਿੰਦੀ ਕਿ ਅਹਿਮਦ ਫੁਆਦ ਮੁਸਤਫਾ ਲਿਦੀ ਨੇ 2015 ਵਿੱਚ ਕੈਨੇਡਾ ਤੋਂ ਬਾਹਰ ਇਸਲਾਮਿਕ ਸਟੇਟ ਦੇ ਇਸ਼ਾਰੇ 'ਤੇ ਗੰਭੀਰ ਅਪਰਾਧ। ਕਨਵੀਨੀਅੰਸ ਸਟੋਰ ਬੀਅਰ ਅਤੇ ਵਾਈਨ ਦੀ ਵਿਕਰੀ ਕਰ ਸਕਣਗੇ, ਪਰ 7-11 ਨੇ ਇੱਕ ਕਦਮ ਅੱਗੇ ਵਧਦਿਆਂ ਗਾਹਕਾਂ ਨੂੰ ਸਟੋਰਾਂ ਵਿੱਚ ਹੀ ਬੈਠ ਕੇ ਬੀਅਰ ਪੀਣ ਦੀ ਪਰਮਿਸ਼ਨ ਦੇਣ ਦਾ ਫੈਸਲਾ ਕੀਤਾ ਹੈ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਿਕ ਓਨਟਾਰੀਓ ਵਿੱਚ 7-11 ਦੇ ਤਕਰੀਬਨ ਹਰ ਸਟੋਰ ਨੂੰ ਬੀਅਰ ਵੇਚਣ ਦਾ ਲਾਇਸੈਂਸ ਮਿਲ ਚੁੱਕਿਆ, ਪਰ ਸੂਬੇ ਦੇ ਕੁਝ ਲੋਕ ਕਨਵੀਨੀਅੰਸ ਸੈਂਟਰਾਂ ਨੂੰ ਅਹਾਤਾ ਬਣਾਉਣ ਦੇ ਪੱਖ ਵਿੱਚ ਨਹੀਂ ਨੇ। 7-11 ਕੈਨੇਡਾ ਦੇ ਵਾਈਸ ਪ੍ਰੈਜੀਡੈਂਟ ਅਤੇ ਜਨਰਲ ਮੈਨੇਜਰ ਮਾਰਕ ਗੁੱਡਮੈਨ ਦਾ ਕਹਿਣਾ ਸੀ ਕਿ ਉਹਨਾਂ ਦਾ ਅਦਾਰਾ ਸਭ ਤੋਂ ਪਹਿਲਾਂ ਇੱਕ ਰੈਸਟੋਰੈਂਟ ਹੈ ਜੋ ਕਿ ਕਨਵੀਨੀਅੰਸ ਸਟੋਰ ਵਾਲਿਆਂ 'ਚ ਜਾ ਵੇਚਦਾ ਹੈ। 7-11 ਦੇ ਸਟੋਰਾਂ 'ਤੇ ਖਾਣ ਲਈ ਤਿਆਰ ਬਾਰ ਤਿਆਰ ਚਿਕਨ ਵਿਕਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਹੋਰ ਕਈ ਰੈਡੀ ਟੂ ਈਟ ਚੀਜ਼ਾਂ ਵੀ ਮਿਲਦੀਆਂ ਨੇ।
ਹੁਣ ਰਵਾਇਤੀ ਕਨਵੀਨੀਅੰਸ ਸਟੋਰਾਂ ਵਾਲਾ ਜ਼ਮਾਨਾ ਲੰਘ ਚੁੱਕਾ ਹੈ ਅਤੇ ਇਹ ਖੇਤਰ ਨਵਾਂ ਆਕਾਰ ਲੈ ਰਿਹਾ। ਦੂਸਰੇ ਪਾਸੇ ਅੰਟੋਲੀਆ ਸਰਕਾਰ ਵੱਲੋਂ ਦਿੱਤੇ ਲਾਇਸੈਂਸ ਤਹਿਤ 7-11 ਸਟੋਰਾਂ ਵਿੱਚ ਲੱਗੇ ਫੂਡ ਟੇਬਲਸ ਅਤੇ ਐਲਕੋਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗਾਹਕਾਂ ਨੂੰ ਘਰੋਂ ਐਲਕੋਹਲ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਲਿਕਰ ਲਾਇਸੈਂਸ ਦੀਆਂ ਸ਼ਰਤਾਂ ਤਹਿਤ ਸਟੋਰ ਵਿੱਚ ਘੱਟੋ ਘੱਟ 10 ਜਣਿਆਂ ਦੇ ਬੈਠਣ ਦੀ ਜਗ੍ਹਾ ਹੋਵੇ, ਜੋ ਬਾਕੀ ਸਟੋਰ ਤੋਂ ਵੱਖਰੀ ਹੋਣੀ ਚਾਹੀਦੀ ਹੈ। ਇਸ ਜਗ੍ਹਾ ਨੂੰ 1 ਮੀਟਰ ਉੱਚੀ ਕੰਧ ਰਾਹੀਂ ਬਾਕੀ ਸਟੋਰ ਤੋਂ ਵੱਖ ਕਰਨਾ ਹੋਵੇਗਾ ਅਤੇ ਤਹਿਸ਼ੁਦਾ ਖੇਤਰ ਵਿੱਚ ਰੋਜ਼ਾਨਾ ਦੁਪਹਿਰ ਤੋਂ ਰਾਤ 11 ਵਜੇ ਤੱਕ ਬੀਅਰ ਅਤੇ ਵਾਈਨ ਸਰਵ ਕੀਤੀ ਜਾ ਸਕਦੀ ਹੈ। ਇਸ ਦੌਰਾਨ ਮਾਰਕ ਗੁਡਮੈਨ ਨੇ ਕਿਹਾ ਕਿ ਬੀਅਰ ਜਾਂ ਵਾਈਨ ਖਰੀਦਣ ਦਾ ਇੱਛਾ ਕੋਈ ਵੀ ਗਾਹਕ ਸਹੂਲਤ ਚਾਹੁੰਦਾ ਤਾਂ 7-11 ਵਿੱਚ ਬੈਠ ਕੇ ਬੀਅਰ ਪੀਣ ਦੀ ਸਹੂਲਤ ਉਸਨੂੰ ਦਿੱਤੀ ਜਾਵੇਗੀ। ਦੱਸ ਦਈਏ ਅੰਟੋਰੀਓ ਵਿੱਚ 7-11 ਦੇ 59 ਸਟੋਰਾਂ ਵਿੱਚ 58 ਅਤੇ 5 ਸਤੰਬਰ ਤੋਂ ਬੀਅਰ ਅਤੇ ਵਾਈਨ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸਿਰਫ ਪੀਅਰਸ ਇੰਟਰਨੈਸ਼ਨਲ ਏਅਰਪੋਰਟ ਵਾਲੇ ਸਟੋਰ 'ਤੇ ਐਲਕੋਹਲ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਗੁਡਮੈਨ ਦਾ ਕਹਿਣਾ ਕਿ ਸਿਰਫ ਓਨਟੋਰੀਓ ਹੀ ਨਹੀਂ ਸਗੋਂ ਅਗਲੇ ਸਾਲ ਕੈਨੇਡਾ ਦੇ ਕਈ ਸੂਬਿਆਂ ਦੇ ਵਿੱਚ 7-11 ਸਟੋਰਾਂ 'ਤੇ ਐਲਕੋਹਲ ਦੀ ਵਿਕਰੀ ਸ਼ੁਰੂ ਕੀਤੀ ਜਾ ਰਹੀ ਹੈ। ਗੁਡਮੈਨ ਨੇ ਜਦੋਂ ਕੀਮਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਨੂੰ ਦੇਖਦਿਆਂ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਿਆ ਜਾਵੇਗਾ। ਐਲਬਰਟਾ ਵਿੱਚ 7-11 ਦੇ 20 ਸਟੋਰਾਂ 'ਤੇ ਐਲਕੋਹਲ ਦੀ ਵਿਕਰੀ ਕੀਤੀ ਜਾ ਰਹੀ ਹੈ। ਉਧਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਨਵੀਨੀਅੰਸ ਸਟੋਰਾਂ 'ਤੇ ਬੀਅਰ ਦੀ ਵਿਕਰੀ ਨਾਲ ਅਪਰਾਧ ਘਟਾਉਣ ਵਿੱਚ ਕੋਈ ਮਦਦ ਨਹੀਂ ਮਿਲੇਗੀ। ਕੈਨੇਡਾ ਤੋਂ ਇੱਕ ਮਨਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬਹਿਰਾਮ ਨਜ਼ਦੀਕ ਪਿੰਡ ਦੇ ਪਿੰਡ ਕੱਟਾ ਦੇ 2 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਮਨਜੋਤ ਸਿੰਘ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਮਨਜੋਤ ਦੀ ਲਾਸ਼ ਇੱਕ ਪਾਰਕ ਦੇ ਕੋਲ ਮਿਲੀ ਅਤੇ ਸ਼ੱਕ ਹੈ ਕਿ ਉਸਨੂੰ ਕਿਸੇ ਵਾਹਨ ਨੇ ਟੱਕਰ ਮਾਰੀ ਹੋਵੇਗੀ। ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਮਨਜੋਤ ਸਿੰਘ ਦੇ ਪਿੰਡ ਪਰਿਵਾਰ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਰਹਿਣ ਵਾਲੇ ਨੌਜਵਾਨ ਗੁਰਤੀਰ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ 3 ਭੈਣਾਂ ਦੇ ਇੱਕ ਭਰਾ ਹੈ। ਮਨਜੋਤ ਕਰੀਬ 2 ਮਹੀਨੇ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਦੇ ਸਰੀ ਸ਼ਹਿਰ ਗਿਆ ਸੀ, ਜਦਕਿ ਉਸਦੀ ਇੱਕ ਭੈਣ ਟੋਰੋਂਟੋ ਦੇ ਵਿੱਚ ਰਹਿੰਦੀ ਹੈ ਅਤੇ ਛੋਟਾ ਭਰਾ ਪਿੰਡ ਆਪਣੇ ਪਿਤਾ ਨਾਲ ਰਹਿੰਦਾ। ਪਰਿਵਾਰ ਮੁਤਾਬਿਕ ਉਹਨਾਂ ਦੀ ਲੜਕੀ ਨੇ ਕੈਨੇਡਾ ਤੋਂ ਉਹਨਾਂ ਨੂੰ ਦੱਸਿਆ ਕਿ ਮਨਜੋਤ ਘਰ ਦੇ ਬਾਹਰ ਪਾਰਕ 'ਚ ਸੈਰ ਕਰਨ ਲਈ ਗਿਆ ਸੀ। ਜਦੋਂ ਘਰ ਵਾਪਸ ਨਹੀਂ ਆਇਆ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ ਅਤੇ ਕੈਨੇਡਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕੁਝ ਸਮੇਂ ਬਾਅਦ ਉਸਨੂੰ ਲਾਸ਼ ਮਿਲੀ ਹੈ।